ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 36 ਪ੍ਰਕਾਰ ਦੇ ਲੰਗਰ ਚੱਲਦੇ ਨੇ ਤੇ ਹੁਣ ਇਹ 100 ਨੋਟਿਸ ਘੱਲ ਕੇ ਸਾਨੂੰ ਪੁੱਛਦਾ ਵੀ 200 ਰੁਪਈਆ ਕਿੱਥੋਂ ਆਉਂਦਾ ਏ। ਮੈਂ ਇਹਨੂੰ ਪੁੱਛਣਾ ਚਾਹੁੰਦਾ ਲਲਕਾਰ ਕੇ ਵੀ ਤੂੰ ਮੈਨੂੰ ਦੱਸ, ਤੂੰ ਦਿੱਲੀ ਦੇ ਵਿੱਚ ਬੀਜੇਪੀ ਦੇ ਦਫ਼ਤਰ ਬਣਾ ਰਿਹਾ, ਜ਼ਿਲ੍ਹਿਆਂ ਦੇ ਵਿੱਚ ਬਣਾ ਰਿਹਾ, ਤੇਰੇ ਪਿਓ ਦਾ ਰੁਪਈਆ? ਤੇ ਤੈਨੂੰ ਦੱਸਾਂਗੇ ਵੀ ਦਿੱਲੀ ਜਿਹੜੀ ਦੁਆਨਾ ਮੇਰੀ ਏ, ਦਿੱਲੀ ਤੇਰੇ ਪਿਓ ਦੀ ਨਹੀਂ। ਦਿੱਲੀ ਅੱਗੇ ਖਾਲਸਾ 19 ਵਾਰ ਫਤਿਹ ਕੀਤੀ ਏ ਔਰ ਬਾਬੇ ਭਗੈਰ ਸਿੰਘ ਦੇ ਨਾਮ ਸੀ ਜਾਂਦੀ ਉਹਦਾ। ਸਾਡਾ ਕਿਸੇ ਧਰਮ ਨਾਲ ਵੈਰ ਨਹੀਂ, ਪਰ ਅਸੀਂ ਔਖੇ ਇਹਨਾਂ ਸਰਕਾਰਾਂ ਤੋਂ। ਤਿੱਖੀ ਕਰ ਪਾਨ ਕਰੂਗਾ ਤੈਨੂੰ, ਦਿੱਲੀ ਵਾਲੀ ਕੱਠ ਪਰੇਸ਼ਾਨ ਕਰੂਗਾ। ਮੋਦੀਆ ਅਸਾਂ ਛਾਤੀਆਂ ਤਾਣ ਕੇ ਆਉਣਾ ਈ, ਤੂੰ ਬੇਸ਼ੱਕ ਆਪਣੇ ਟੈਂਕ ਚਲਾ ਲਈ, ਤੈਨੂੰ ਹੱਥੇ ਆਵਾਂਗੇ ਅੱਗੇ 19 ਵਾਰ। ਬੇਸ਼ੱਕ ਹਥਿਆਰਾਂ ਨੇ ਦਿੱਲੀ ਬਦਲ ਕੀਤੀ ਹੈ, ਐਤਕਾ ਇੱਥੇ ਹੀ ਕਰਾਂਗੇ। ਹੁਣ ਇਹ ਕਰੇਗਾ ਇਹਨੇ ਰਹਿਣਾ ਤਾਂ ਵੀ ਨਹੀਂ ਗੱਦੀ ਤੇ, ਨਾ ਕਰੇਗਾ ਰਹਿਣਾ ਤਾਂ ਵੀ ਨਹੀਂ। ਹੁਣ ਤੇ ਪਰਮਾਤਮਾ ਨੇ ਇਹਨੂੰ ਦੱਸ ਦਿੱਤਾ ਵੀ ਤੂੰ ਰੱਬ ਨੂੰ ਹੱਥ ਪਾਇਆ ਹੈ ਤੇ ਰੱਬ ਨਾਲ ਮੱਥਾ ਲਾਉਣ ਵਾਲਾ ਕਦੀ ਗੁਰਿਆ ਨਹੀਂ। ਔਰ ਜਿਹੜਾ ਗੋਦੀ ਮੀਡੀਆ ਏ, ਇਹ ਝੂਠ ਪ੍ਰਚਾਰ ਟੀਵੀ ਵਿਖਾ ਵਿਖਾ ਕੇ ਅਜੇ ਵੀ ਲੋਕਾਂ ਨੂੰ ਗੁੰਮਰਾਹ ਕਰ ਰਿਹਾ। ਇੱਥੇ ਅਲੱਗ ਅਲੱਗ ਤਰ੍ਹਾਂ ਦੀਆਂ ਜਿਹੜੀਆਂ ਤਸਵੀਰਾਂ ਜਿਹੜੀਆਂ ਨੇ ਉਹ ਲਾਈਆਂ ਗਈਆਂ ਨੇ, ਉਹ ਹੇਮਾ ਮਾਲਿਨੀ ਦੀ ਵੀ ਤਸਵੀਰ ਲਾਈ ਗਈ ਆ ਵੀ ਉਹ ਗਲਤ ਬੋਲੀ ਆ ਵੀ ਕਿਸਾਨਾਂ ਨੂੰ ਆਪਣੇ ਏਜੰਡੇ ਬਾਰੇ ਜਿਹੜਾ ਨਹੀਂ ਪਤਾ ਵੀ ਉਹ ਲੋਕਾਂ ਦੇ ਭੜਕਾਟ 'ਚ ਆ ਕੇ ਪੋਲੀਟੀਕਲ ਦਬਾਅ 'ਚ ਆ ਕੇ ਜਿਹੜਾ ਵਾ ਉਹ ਸੰਘਰਸ਼ ਕਰ ਰਹੇ ਨੇ। ਹਾਂਜੀ ਵੀਰ ਜੀ, ਕੀ ਕਹਿਣਾ ਚਾਹੁੰਦੇ? ਮੈਂ ਇਹ ਕਹਿਣਾ ਚਾਹੁੰਦਾ ਮੋਦੀ ਨੂੰ ਵੀ ਇਹ ਸਾਡੇ ਪਹਿਲੇ ਦਿਨ ਦੇ 26 ਤਰੀਕ ਤੋਂ ਉਦਣ ਲੰਗਰ ਬੰਗਲਾ ਸਾਹਿਬ ਤੋਂ ਆਇਆ ਸੀ ਤੇ ਪੁਲਿਸ ਤੋਂ ਇਹਨੇ ਅਰੈਸਟ ਕਰਾਇਆ ਸਾਨੂੰ ਕਿ ਲੰਗਰ 2 ਦਿਨ ਕਿਸਾਨ ਭੁੱਖੇ ਰਹਿ ਕੇ ਚਲੇ ਜਾਣਗੇ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 36 ਪ੍ਰਕਾਰ ਦੇ ਲੰਗਰ ਚੱਲਦੇ ਨੇ ਤੇ ਹੁਣ ਇਹ 100 ਨੋਟਿਸ ਘੱਲ ਕੇ ਸਾਨੂੰ ਪੁੱਛਦਾ ਵੀ 200 ਰੁਪਈਆ ਕਿੱਥੋਂ ਆਉਂਦਾ ਏ। ਮੈਂ ਇਹਨੂੰ ਪੁੱਛਣਾ ਚਾਹੁੰਦਾ ਲਲਕਾਰ ਕੇ ਵੀ ਤੂੰ ਮੈਨੂੰ ਦੱਸ, ਤੂੰ ਦਿੱਲੀ ਦੇ ਵਿੱਚ ਬੀਜੇਪੀ ਦੇ ਦਫ਼ਤਰ ਬਣਾ ਰਿਹਾ, ਜ਼ਿਲ੍ਹਿਆਂ ਦੇ ਵਿੱਚ ਬਣਾ ਰਿਹਾ, ਤੇਰੇ ਪਿਓ ਦਾ ਰੁਪਈਆ? ਤੂੰ ਸਾਨੂੰ ਦੱਸ ਕਿੱਥੋਂ ਆ ਰਿਹਾ ਰੁਪਈਆ? ਉਹ ਪਬਲਿਕ ਦਾ ਰੁਪਈਆ ਹੈ, ਤੂੰ ਉਹਨੂੰ ਗਲਤ ਯੂਜ ਕਰ ਰਿਹਾ। ਔਰ ਜਿਹੜਾ ਰੁਪਈਆ ਸਾਡੇ ਲੰਗਰਾਂ ਦਾ, ਇਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਿਹੜਾ ਹੈ, ਜਦੋਂ 550 ਪਹਿਲਾਂ 20 ਰੁਪਏ ਦਾ ਲੰਗਰ ਚੱਲਿਆ ਸੀ, ਅਜੇ ਤਾਂ ਉਹਦਾ ਹੀ ਖਰਬਾ ਰੁਪਈਆ ਪਤਾ ਨਹੀਂ ਕਿੰਨੇ ਕੁ ਪਏ ਹੋਣਗੇ। ਔਰ ਉਦੋਂ ਬਾਅਦ ਤਾਂ ਜਿੱਦਣ 96 ਕਰੋੜੀ ਸਿੰਘ ਸੱਜਣਾ ਹੈ ਮਾਲ ਟੀਕਰੀ ਹਜ਼ੂਰ ਸਾਹਿਬ, ਉਹਦਾ ਪਤਾ ਹੀ ਨਹੀਂ ਕਿੰਨੇ ਕੁ ਹਜ਼ਾਰ ਸਾਲ ਦਾ ਚੱਲਣਾ ਹੈ। ਔਰ ਹੁਣੇ ਬਖਲਾਇਆ ਖਲੋਤਾ ਹੈ ਇਹੋ ਜਿਹੇ ਘਟੀਆ ਬਿਲਕੁਲ ਪੰਜ ਤੇ ਸਰਕਾਰ ਉੱਤਰ ਆਈ ਹੈ। ਇਹ ਜਿਹੜੀ ਲੰਗਰਾਂ 'ਤੇ ਵੀ ਚਰਚਾ ਕਰਦੀ ਹੈ, ਜੇ ਕੋਈ ਮੇਰਾ ਵੀ ਟਰਾਂਸਪੋਰਟ ਦੇ ਰਾਹ ਸੰਗਤ ਨੂੰ ਲਾ ਰਿਹਾ ਉਹਦੇ ਖਿਲਾਫ਼ ਪਰਚੇ ਪਾ ਰਹੀ ਹੈ, ਜੇ ਕੋਈ ਤੇਲ ਪਾ ਰਿਹਾ ਪੰਪ ਉਹਦੇ ਖਿਲਾਫ਼ ਪਰਚੇ ਪਾ ਰਹੀ ਹੈ। ਇਹ ਜਿਹੜੀ ਸਰਕਾਰ ਹੈ ਇਹ ਬਿਲਕੁਲ ਅੱਖਾਂ ਤੋਂ ਹੋ ਗਈ ਅੰਨੀ ਅਤੇ ਕੰਨਾਂ ਤੋਂ ਹੋ ਗਈ ਹੈ ਬੋਲੀ। ਅਤੇ ਅਸੀਂ ਇਹਨੂੰ ਇੱਕ ਜੋੜੇ ਦੋ ਲਫ਼ਜ਼ ਕਹਿ ਕੇ ਇਹਨੂੰ ਸਮਝਾਉਣਾ ਚਾਹੁੰਦੇ ਹਾਂ ਅਤੇ ਤੈਨੂੰ ਦੱਸਾਂਗੇ ਵੀ ਦਿੱਲੀ ਜਿਹੜੀ ਦੁਆਨਾ ਮੇਰੀ ਹੈ, ਦਿੱਲੀ ਤੇਰੇ ਪਿਓ ਦੀ ਨਹੀਂ। ਦਿੱਲੀ ਅੱਗੇ ਖਾਲਸਾ 19 ਵਾਰ ਫਤਿਹ ਕੀਤੀ ਹੈ ਔਰ ਬਾਬੇ ਭਗੈਰ ਸਿੰਘ ਦੇ ਨਾਮ ਸੀ ਜਾਂਦੀ ਉਹਦਾ ਪਾਰਲੀਮੈਂਟ ਦਾ। ਤੈਨੂੰ ਦੱਸ ਦਈਏ ਤੂੰ ਕਿਰਾਇਆ ਦੇਣਾ ਤੇ ਤੂੰ ਸਾਨੂੰ ਆਉਂਦਾ ਦਿੱਲੀ 'ਚ ਨਹੀਂ ਆਵੇਗਾ? ਕਿਸਾਨ ਦਿੱਲੀ 'ਚ ਲਾਜ਼ਮੀ ਆਵੇਗਾ, ਨਹੀਂ ਤਾਂ ਪਰ ਕਿਸਾਨ ਨੇ ਆਉਣਾ ਹੀ। ਸੁਣ ਪਰ ਜ਼ਰਾ, ਸਾਡਾ ਕਿਸੇ ਧਰਮ ਨਾਲ ਵੈਰ ਨਹੀਂ, ਪਰ ਅਸੀਂ ਔਖੇ ਇਹਨਾਂ ਸਰਕਾਰਾਂ ਤੋਂ। ਤੇ ਸੁਣ ਪਰ ਜ਼ਰਾ, ਉਹ ਕੋਈ ਖੰਡਾ ਤਿੱਖੀ ਕਰ ਪਾਨ ਕਰੂਗਾ ਤੈਨੂੰ, ਦਿੱਲੀ ਵਾਲੀ ਕੱਠ ਪਰੇਸ਼ਾਨ ਕਰੂਗਾ। 80-80 ਸਾਲਾਂ ਦੇ ਬਾਬਿਆਂ ਤੋਂ ਲੈ ਕੇ ਥਾਪੜਾ ਤੈਨੂੰ ਜੰਗ ਦਾ ਐਲਾਨ ਨੌਜਵਾਨ ਕਰੂਗਾ, ਪਰ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ। ਮੋਦੀਆ ਅਸਾਂ ਛਾਤੀਆਂ ਤਾਣ ਕੇ ਆਉਣਾ ਈ, ਤੂੰ ਬੇਸ਼ੱਕ ਆਪਣੇ ਟੈਂਕ ਚਲਾ ਲਈ, ਤੈਨੂੰ ਹੱਥੇ ਆਵਾਂਗੇ ਅੱਗੇ 19 ਵਾਰ। ਬੇਸ਼ੱਕ ਹਥਿਆਰਾਂ ਨੇ ਦਿੱਲੀ ਬਦਲ ਕੀਤੀ ਹੈ, ਐਤਕਾ ਇੱਥੇ ਹੀ ਕਰਾਂਗੇ। ਤੈਨੂੰ ਦੱਸ ਦਿੰਦੇ ਆ ਇਹ ਲਲਕਾਰ ਹੀ ਖਾਲਸਿਆਂ ਦੀ, ਤੇ ਤੂੰ ਕਲਗੀਧਰ ਪਾਤਸ਼ਾਹ ਨੂੰ ਵੀ ਲਲਕਾਰਨਾ ਪਿਆ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ। ਅਜੇ ਵੀ ਟਾਈਮ ਹੀ ਇਹਨਾਂ ਕੋਲੋਂ ਮਾਫ਼ੀ ਮੰਗ ਕੇ ਤੇ ਕਾਨੂੰਨ ਰੱਦ ਕਰਕੇ ਘਰਾਂ ਨੂੰ ਤੋੜ ਦੇ, ਨਹੀਂ ਤੇ ਪਛਤਾਏਗਾ। ਕਦੀ ਆਪਣੇ ਘਰ ਨਹੀਂ ਸੀ ਨਾ ਪਦਾਰਥ ਖਾਧਾ, ਉਹ ਪਦਾਰਥ ਅਸੀਂ ਇੱਥੇ ਖਾ ਰਹੇ ਹਾਂ ਜਿਹੜੇ ਅਸੀਂ ਕੱਪੜੇ ਕਦੀ ਘਰ ਨਹੀਂ ਸਨ ਪਾਏ। ਉਹ ਪਤਾ ਨਹੀਂ ਇੱਥੇ ਕਿੰਨਾ ਖਾਲਸਾ ਐਡ ਵਾਲੇ, ਪਤਾ ਨਹੀਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜਿੱਦਾਂ ਦੇ ਇਹਨੇ ਨੋਟਿਸ ਕਲਵਾਏ ਨੇ ਨਾ, ਉਦੋਂ ਬਾਅਦ ਪਤਾ ਨਹੀਂ ਕਿੰਨੀਆਂ ਕੁ ਗੱਡੀਆਂ ਭਰ ਭਰ ਕੇ ਹੀ ਨਹੀਂ ਪਤਾ ਸਮਾਨ ਦੀ ਆ ਕਿੱਥੋਂ ਰਹੀਆਂ, ਅਰਸ਼ਾਂ ਤੋਂ ਉੱਤਰ ਰਹੀਆਂ ਨੇ। ਔਰ ਇਹਨੂੰ ਭੁਲੇਖਾ ਪਤਾ ਨਹੀਂ ਹੈਗਾ ਬਖਲਾ, ਅਤੇ ਜਦੋਂ ਬੰਦਾ ਬਖਲਾ ਜਾਏ ਬਸ ਉਦੋਂ ਕੋਈ ਗੱਲਬਾਤ ਕੁਛ ਨਹੀਂ। ਇਹਨੂੰ ਤਾਂ ਆਸ਼ਾਬਾਸ਼ ਲੈ ਲੈਂਦਾ ਤਿੰਨੇ ਕਾਨੂੰਨ ਰੱਦ ਕਰਕੇ ਕਿਸਾਨਾਂ ਦੇ। ਹੁਣ ਇਹ ਕਰੇਗਾ ਇਹਨੇ ਰਹਿਣਾ ਤਾਂ ਵੀ ਨਹੀਂ ਗੱਦੀ 'ਤੇ, ਨਾ ਕਰੇਗਾ ਰਹਿਣਾ ਤਾਂ ਵੀ ਨਹੀਂ। ਹੁਣ ਤਾਂ ਪਰਮਾਤਮਾ ਨੇ ਇਹਨੂੰ ਦੱਸ ਦਿੱਤਾ ਵੀ ਤੂੰ ਰੱਬ ਨੂੰ ਹੱਥ ਪਾਇਆ ਹੈ ਤੇ ਰੱਬ ਨਾਲ ਮੱਥਾ ਲਾਉਣ ਵਾਲਾ ਕਦੀ ਗੁਰਿਆ ਨਹੀਂ। ਹੋਰ ਮੈਂ ਤੁਹਾਨੂੰ ਦੱਸਣਾ ਚਾਹਾਂ, ਵੇਖੋ ਇਸ ਧਰਨਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇੱਥੇ ਮੇਰੇ ਕੋਲ ਰੋਜ਼ ਆਉਂਦਾ ਅਸ਼ੋਕ ਕੁਮਾਰ ਡਾਕਟਰ ਨਾਂ ਹੈ ਰਾਜਸਥਾਨ ਤੋਂ। ਉਹ 2 ਲੱਖ ਰੁਪਏ ਉਹਦੀ ਤਨਖਾਹ ਸੀ ਮਹੀਨੇ ਦੀ, ਉਹ 2 ਲੱਖ ਰੁਪਏ ਤਨਖਾਹ ਛੱਡ ਕੇ 2 ਮਹੀਨਿਆਂ ਤੋਂ ਆਪਣੀ ਗੱਡੀ ਦੇ ਵਿੱਚ ਇੱਥੇ 24 ਘੰਟੇ ਮੈਡੀਸਨ ਫ੍ਰੀ ਆਪਣੇ ਕੋਲੋਂ ਦੇ ਰਹੇ ਨੇ। ਔਰ ਮੈਨੂੰ ਪਤਾ ਲੱਗਿਆ ਪੰਜਾਬ ਦੇ DGP ਜੇਲ੍ਹ ਦੇ ਨੇ, ਉਹ ਜਿਹੇ ਅਫਸਰ ਜਿਹੜੇ ਧੰਨ ਗੁਰੂ ਨਾਨਕ ਦੇਵ ਨੇ ਐਸੀਆਂ ਐਸੀਆਂ ਸੇਵਾਵਾਂ ਲੈ ਰਿਹਾ ਉਹਨਾਂ ਲੋਕਾਂ ਕੋਲੋਂ ਜਿਹੜੇ ਕਦੀ ਗਦੇਲਿਆਂ ਤੋਂ ਨਹੀਂ ਸਨ ਬਾਹਰ ਨਿਕਲੇ ਔਰ ਇੱਥੇ ਆ ਸੜਕ ਦੇ ਉੱਤੇ ਸੌਂ ਰਹੇ ਨੇ। ਜਿਹੜੀ ਹਕੀਕਤ ਹੈ ਉਹ ਸੜਕਾਂ ਦੇ ਆ, ਔਰ ਜਿਹੜੀਆਂ ਸਲਾਹਾਂ ਬੰਗਲਿਆਂ 'ਚ ਹੋ ਰਹੀਆਂ ਨੇ, ਔਰ ਜਿਹੜਾ ਗੋਦੀ ਮੀਡੀਆ
ਇਹ ਝੂਠ ਪ੍ਰਚਾਰ ਟੀਵੀ ਵਿਖਾ ਵਿਖਾ ਕੇ ਅਜੇ ਵੀ ਲੋਕਾਂ ਨੂੰ ਗੁੰਮਰਾਹ ਕਰ ਰਿਹਾ। ਇਹ ਕਹਿੰਦੇ ਨੇ ਕਿ ਕਿਸਾਨ ਇੱਥੇ ਨਕਲੀ ਨੇ। ਮੈਂ ਪੁੱਛਣਾ ਚਾਹੁੰਦਾ ਜੇ ਕਿਸਾਨ ਨਕਲੀ ਨੇ ਤੇ ਆ ਖੱਚਰ ਸਰਕਾਰ ਨੇ ਅਜੇ ਥੋੜੇ ਦਿਨ ਹੋਏ ਨੇ ਹਰਿਆਣੇ ਦੇ ਵਿੱਚ ਆਪਣੇ ਕੋਲੋਂ ਰੁਪਈਏ ਦੇ ਕੇ ਨਕਲੀ ਕਿਸਾਨ ਤਿਆਰ ਕਰਕੇ ਉਹਨਾਂ ਨੂੰ ਪੇਸ਼ ਕਰਨਾ ਸੀਗੇ। ਤੁਸੀਂ ਆਖੋ ਬਿੱਲ ਸਹੀ ਨੇ, ਉੱਥੇ ਜਿਹੜੇ ਅਸਲ ਕਿਸਾਨ ਮੇਰੇ ਵੀਰ ਸਨ ਉਹਨਾਂ ਉਹਦਾ ਜਹਾਜ਼ ਨਹੀਂ ਥੱਲੇ ਲੈਣ ਦਿੱਤਾ ਤੇ ਇਹ ਤੁਸੀਂ ਵੇਖੋ ਵੀ ਅਸਲ ਉਹ ਸਨ ਕਿ ਨਕਲ ਸਨ। ਤੇ ਦੱਸ ਦਈਏ ਵੀ ਜਿਵੇਂ ਖੱਚਰ ਦਾ ਜਹਾਜ਼ ਨਹੀਂ ਥੱਲੇ ਲੈਣ ਦਿੱਤਾ ਜ਼ਿਮੀਦਾਰਾਂ ਨੇ, ਉਸੇ ਤਰ੍ਹਾਂ ਮੋਦੀ ਦਾ ਵੀ ਨਹੀਂ ਲੈਣ ਦਿਆਂਗੇ। ਇਹ ਸਾਡਾ ਲਲਕਾਰ ਕੇ ਉਹਨੂੰ ਜੇ ਨਹੀਂ ਕਰਦਾ ਵਾਪਸ ਤੇ ਅਸੀਂ ਲਲਕਾਰ ਕੇ ਉਹਨੂੰ ਆਉਂਦੇ ਹਾਂ ਵੀ ਵਧੀਆ ਤੇਰਾ ਵੀ ਜਹਾਜ਼ ਨਹੀਂ ਥੱਲੇ ਲੈਣ ਦਿਆਂਗੇ। ਭਾਵੇਂ ਜਿੱਥੇ ਕਿਸੇ ਖੋਟੇ 'ਚ ਵੀ ਵੜ ਜਾਏ ਉੱਥੇ ਹੀ ਮੌਤ ਆਉਣੀ ਆਉਣੀ ਹੈ ਇਹਨੂੰ ਇਸ ਭੁਲੇਖ। ਕਿਸਾਨ ਮਜ਼ਦੂਰ ਏਕਤਾ, ਮੋਦੀ ਸਰਕਾਰ, ਉਹ ਖੱਚਰ ਸਰਕਾਰ ਨੇ ਲੜੇ ਦੀ, ਜੋਗੀ ਸਰਕਾਰ, ਸਮਸਤ ਭਾਰਤ ਏਕਤਾ, ਕਿਸਾਨ ਏਕਤਾ ਤੇ ਸਮਸਤ ਭਾਰਤ ਯੂਨੀਅਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।